ਭੁੱਖੇ ਮਰਨ ਵਾਲਾ ਜਿੱਲਾ ਹੋ ਰਿਹਾ ਜੀ ਬਸ ਜਮਾਂਦਰੂ ਹੋਏ ਸਮਝ ਲਓ ਜੀ ਪਹਿਲਾਂ ਠੀਕ ਸੀ 8-10 ਸਾਲ ਪਹਿਲਾਂ ਠੀਕ ਸੀ ਹੁਣ ਜ਼ਿਆਦਾ ਡਾਊਨ ਹੋ ਗਈ ਨਿਗਾਹ ਹੁਣ 100% ਹੋ ਗਈ ਜਮੀਨ ਫਿਰ ਕੰਮ ਕੋਈ ਕੰਮ ਕਰਦਾ ਕਿ ਕੰਮ ਕੰਮ ਮੇਰੀ ਮੰਮੀ ਕਰਦੀ ਹੈ ਜੀ ਗੁਜ਼ਾਰਾ ਕਿਵੇਂ ਚੱਲ ਰਿਹਾ ਕੋਈ ਗੁਜ਼ਾਰਾ ਨਹੀਂ ਬੁਰਾ ਹਾਲ ਹੈ ਜੀ ਬੱਚਿਆਂ ਨੂੰ ਰੋਟੀ ਨਹੀਂ ਸਮਾਰ ਕੇ ਮਿਲਦੀ ਇੱਕ ਟਾਈਮ ਖਾਂਦੇ ਇੱਕ ਟਾਈਮ ਨਹੀਂ ਖਾਂਦੇ ਸੀ ਬੈਠੇ ਬਿਠਾਏ ਕਿਸੇ ਇਨਸਾਨ ਨਾਲ ਕੀ ਹੋ ਜਾਂਦਾ ਹੈ ਕੋਈ ਨਹੀਂ ਜਾਣਦਾ ਸੰਗਰੂਰ ਦੇ ਪਿੰਡ ਮਾਂਡਵੀ ਦੇ ਰਹਿਣ ਵਾਲੇ ਹੈ ਦੋ ਭਰਾ ਬਲਦੇਵ ਸਿੰਘ ਜਗਦੇਵ ਸਿੰਘ ਜੋ ਹੱਥੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸਨ ਸੁਖੀ ਜੀਵਨ ਬਤੀਤ ਕਰ ਰਹੇ ਸਨ ਅਤੇ ਸ਼ੁਕਰਾਨਾ ਕਰ ਰਹੇ ਸਨ ਪਰਮਾਤਮਾ ਦਾ ਪਰ ਨਹੀਂ ਪਤਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਕਹਿਰ ਵਾਪਰਨ ਵਾਲਾ ਹੈ ਵੇਖਦੇ ਹੀ ਵੇਖਦੇ ਇਹਨਾਂ ਦੋਨਾਂ ਭਰਾਵਾਂ ਦੀ ਨਜ਼ਰ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਜਿਹੜੇ ਭਰਾ ਹੱਥੀ ਮਿਹਨਤ ਕਰਕੇ ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਟੀ ਦਾ ਬੰਦੋਬਸਤ ਕਰਦੇ ਸਨ ਅੱਜ ਉਹ ਦੋ ਵਕਤ ਦੀ ਰੋਟੀ ਤੋਂ ਵੀ ਵਾਂਝੇ ਹੋ ਗਏ ਨੇ ਆਪਣੇ ਚੈਨਲ ਦੀ ਟੀਮ ਜਦ ਇਹਨਾਂ ਵੀਰਾਂ ਦੇ ਘਰ ਪਹੁੰਚੀ ਤਾਂ ਇਹਨਾਂ ਦਾ ਆਖਣਾ ਸੀ ਕਿ ਇਲਾਜ ਲਈ ਉਹ ਡਾਕਟਰ ਕੋਲ ਗਏ ਤਾਂ ਡਾਕਟਰ ਦਾ ਕਹਿਣਾ ਸੀ ਕਿ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਤਾਂ ਵਾਪਸ ਆ ਸਕਦੀ ਹੈ ਪਰ ਇਸ ਲਈ ਪੈਸਾ ਬਹੁਤ ਲੱਗੇਗਾ ਭੁੱਖੇ ਮਰਨ ਵਾਲਾ ਜਿੱਲਾ ਹੋ ਰਿਹਾ ਜੀ ਬਸ ਜਮਾਂਦਰੂ ਹੋਏ ਸਮਝ ਲਓ ਜੀ ਪਹਿਲਾਂ ਠੀਕ ਸੀ 8-10 ਸਾਲ ਪਹਿਲਾਂ ਠੀਕ ਸੀ ਹੁਣ ਜ਼ਿਆਦਾ ਡਾਊਨ ਹੋ ਗਈ ਨਿਗਾਹ ਹੁਣ 100% ਹੋ ਗਈ ਜਮੀਨ ਫਿਰ ਕੰਮ ਕੋਈ ਕੰਮ ਕਰਦਾ ਕਿ ਕੰਮ ਕੰਮ ਮੇਰੀ ਮੰਮੀ ਕਰਦੀ ਹੈ ਜੀ ਗੁਜ਼ਾਰਾ ਕਿਵੇਂ ਚੱਲ ਰਿਹਾ ਕੋਈ ਗੁਜ਼ਾਰਾ ਨਹੀਂ ਬੁਰਾ ਹਾਲ ਹੈ ਜੀ ਬੱਚਿਆਂ ਨੂੰ ਰੋਟੀ ਨਹੀਂ ਸਮਾਰ ਕੇ ਮਿਲਦੀ ਇੱਕ ਟਾਈਮ ਖਾਂਦੇ ਇੱਕ ਟਾਈਮ ਨਹੀਂ ਖਾਂਦੇ ਸੀ ਹੁਣ ਤੱਕ ਰੋਟੀ ਖਾਂ ਕੋਈ ਸਹਾਇਤਾ ਕਿਤੇ ਨਹੀਂ ਕਿਸੇ ਮਿਲੀ ਸਾਨੂੰ ਜੀ ਸਰਕਾਰ ਵੱਲੋਂ ਕੀਤੀ ਜੀ ਕਿਸੇ ਨਹੀਂ ਸਾਨੂੰ ਨਾ ਸਰਕਾਰ ਵੱਲੋਂ ਨਾ ਕਿਸੇ ਮੈਂਬਰ ਸਰਪੰਚ ਵੱਲੋਂ ਕਿੱਧਰੋਂ ਕੁਛ ਨਹੀਂ ਮਿਲੇ ਸਾਨੂੰ ਫਿਰ ਘਰ ਦਾ ਗੁਜ਼ਾਰਾ ਕੌਣ ਚਲਾ ਰਹੇ ਮੇਰੀ ਮੰਮੀ ਚਲਾ ਰਹੀ ਹੈ ਉਹ ਗੋਭੂ ਗੋਹਾ ਕੂੜਾ ਸੁੱਟਦੀ ਹੈ ਕੁਛ ਮਾੜਾ ਮੋਟਾ ਨਰੇਗੇ ਦਾ ਕੰਮ ਚੱਲਦਾ ਉਹ 'ਚ ਲੱਗ ਜਾਂਦੀ ਦਿਹਾੜੀ ਕਰਕੇ ਪਰਿਵਾਰ ਦੇ ਕਿੰਨੇ ਮੈਂਬਰ ਤੁਸੀਂ ਅਸੀਂ 6 ਮੈਂਬਰ ਆਏ ਛੇ ਦਾ ਗੁਜ਼ਾਰਾ ਇਕੱਲੇ ਦੇ ਸਿਰ 'ਤੇ ਚੱਲ ਰਿਹਾ ਇਕੱਲੇ ਸੀ ਮੇਰੀ ਮੰਮੀ ਸਿਰ 'ਤੇ ਬਸ ਉਹੀ ਦਿਹਾੜੀ ਕਰਦੀ ਹੈ ਗੋਡਲ ਦਾ ਅਚਾਰ ਉਹ ਵੀ ਕਿੰਨੇ ਭਰਾ ਹੁੰਦੇ ਜਿਹੜਾ ਕਿੰਨੇ ਭਰਾ ਦੋਵਾਂ ਭਰਾ ਦੋਵਾਂ ਭਰਾ ਹੈਂਡੀਕੈਪਟ ਆਈ ਹੈਂਡੀਕੈਪ ਅੱਛਾ ਘਰ ਦੀ ਵੀ ਬੜੀ ਖਸਤਾ ਹਾਲਤ ਹੈ ਤੁਹਾਡੀ ਹਾਂਜੀ ਡੈਡੀ ਸਾਡੇ ਹੈ ਨਹੀਂ ਸਿਰ 'ਤੇ ਘਰ ਫਿਰ ਕਿਹਨੇ ਬਣਾਇਆ ਸੀ ਇਹ ਡੈਡੀ ਨੇ ਬਣਾਇਆ ਸੀ ਉਸ ਤੋਂ ਬਾਅਦ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਸਾਡਾ ਹੁਣ ਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਇਹ ਅਪੀਲ ਕਰ ਰਹੇ ਸਾਨੂੰ ਵੀ ਸਹਾਇਤਾ ਮਿਲੇ ਜੀ ਅਸੀਂ ਅੱਖਾਂ ਦਾ ਇਲਾਜ ਕਰਾ ਲਈਏ ਬੱਚੇ ਨੂੰ ਅਸੀਂ ਪਾਲ ਸਕੀਏ ਸਰਜੀ ਕੇ ਰੋਟੀ ਖਿਲਾਈਏ ਕਿਸੇ ਡਾਕਟਰ ਨੂੰ ਲਿਖਿਆ ਵੀ ਅੱਖਾਂ ਵਾਸਤੇ ਡਾਕਟਰ ਨੂੰ ਵੀ ਇੱਕ ਪਾਤੜਾ ਦਿਖਾਇਆ ਸੀ ਕੀ ਕਹਿੰਦਾ ਉਹਨੇ ਕਹਿੰਦੇ ਵੀ ਬਈ ਚੰਡੀਗੜ੍ਹ ਇਲਾਜ ਹੋਊਗਾ ਪਰਦੇ ਖਰਾਬ ਨੇ ਜੀ ਹੋ ਜਾਣਗੇ ਠੀਕ ਹਾਂਜੀ ਇਹਨਾਂ ਨੇ ਇਹ ਕਿਹਾ ਹੈ ਸਾਡੇ ਕੋਲ ਮਤਲਬ ਪੈਸੇ ਹੈ ਨਹੀਂ ਲਾਉਣ ਵਾਸਤੇ ਬਲਦੇਵ ਸਿੰਘ ਜੀ ਬਲਦੇਵ ਸਿੰਘ ਕਿਵੇਂ ਕਿੰਨੇ ਟਾਈਮ ਤੋਂ ਤੁਹਾਨੂੰ ਅੱਖਾਂ ਤੋਂ ਦੇਖਣ ਵਟਿਆ ਹੈ ਸਾਨੂੰ ਕਮ ਤੋਂ ਕਮ ਵੀ 10-12 ਸਾਲ ਤੋਂ ਜੀ ਅੱਛਾ ਕੀ ਕਾਰਨ ਹੈ ਇਹ ਕਾਰਨ ਅੰਦਰਾਂ ਤੇਰੇ ਬਿਮਾਰੀ ਦੱਸ ਰਹੇ ਨੇ ਜੀ ਅੱਛਾ ਹੁਣ ਕੋਈ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਤੁਹਾਡਾ ਗੁਜ਼ਾਰਾ ਘਰ ਵਾਲੀ ਚਲਾ ਰਹੀ ਹੈ ਕੋਈ ਹਾਲਤ ਨਹੀਂ ਜੀ ਹੁਣ ਤਾਂ ਤੁਹਾਡੇ ਸਾਹਮਣੇ ਜਿਹੜਾ ਕੁਛ ਹੈ ਜੀ ਆਪਣਾ 700 ਰੁਪਏ ਪੈਨਸ਼ਨ ਮਿਲਦੀ ਹੈ ਉਹਦੇ ਨਾਲ ਕੀ ਗੁਜ਼ਾਰਾ ਹੁੰਦਾ ਜੀ ਦਫ਼ਤਰਾਂ ਦਫ਼ਤਰਾਂ ਪ੍ਰਸ਼ਾਸਨ ਵੀ ਗਏ ਹੋ ਕੋਈ ਪ੍ਰਸ਼ਾਸਨ ਹਾਂ ਗਏ ਸੀ ਜੀ ਆਪਣਾ ਕਿਸੇ ਕੋਲ ਕੋਈ ਮਦਦ ਨਹੀਂ ਮਿਲੀ ਜੀ ਬਹੁਤ ਬੁਰਾ ਹਾਲ ਹੈ ਧੱਕੇ ਖਾ ਕੇ ਘਰੇ ਬਹਿ ਕੇ ਆ ਗਏ ਜੀ ਗੁਜ਼ਾਰਾ ਕਿਵੇਂ ਚੱਲ ਰਿਹਾ ਘਰ ਗੁਜ਼ਾਰਾ ਆਪਣਾ ਛੋਟੇ ਭਰਾ ਦੇ ਤਾਂ ਆਪਣਾ ਮੰਮੀ ਚਲਾ ਰਹੀ ਹੈ ਗੋਹੇ ਕੂੜਾ ਗੇਰ ਕੇ ਮੇਰਾ ਆਪਣਾ ਮੇਰੇ ਘਰ ਵਾਲੀ ਕਰ ਰਹੀ ਹੈ ਜੀ ਮੇਰਾ ਵੀ ਪੇਟ ਪਾਲ ਰਹੀ ਹੈ ਬੱਚਿਆਂ ਦਾ ਵੀ ਆਪਣਾ ਵੀ ਜੀ ਜਿਵੇਂ ਅੱਖਾਂ ਨੂੰ ਦੱਸ ਰਹੇ ਹੋ ਕੋਈ ਡਾਕਟਰ ਨੂੰ ਦਿਖਾਇਆ ਹੈ ਅੱਖਾਂ ਵਾਸਤੇ ਤੁਸੀਂ ਡਾਕਟਰ ਨੂੰ ਦਿਖਾਇਆ ਸੀ ਜੀ ਆਪਣੇ ਉਹਨਾਂ ਨੇ ਇਸ ਤਰ੍ਹਾਂ ਆਖਿਆ ਵੀ ਆਪਣੇ ਸ਼ਾਇਦ ਠੀਕ ਹੋ ਜੇ ਬਾਕੀ ਆਪਣਾ ਦੇਖ ਲਿਓ ਕੋਈ ਪੈਸਾ ਬਣਦਾ ਜੇ ਆਪਣੇ ਕਿਸੇ ਪਿੰਡ ਦੇ ਸਰਪੰਚ ਵਗੈਰਾ ਨੇ ਸਹਿਯੋਗ ਨਹੀਂ ਕਰਿਆ ਤੁਹਾਨੂੰ ਨਹੀਂ ਕਿਸੇ ਨੇ ਕੋਈ ਸਹਿਯੋਗ ਨਹੀਂ ਦਿੱਤਾ ਜੀ ਪਿੰਡ 'ਚ ਤਾਂ ਸਰਕਾਰ ਦੁਆਰਾ ਭੇਜਿਆ ਜਾਂਦਾ ਇਹ ਸਿਸਟਮ ਹੋਇਆ ਨਹੀਂ ਕੋਈ ਤੁਹਾਡਾ ਨਹੀਂ ਕੁਛ ਨਹੀਂ ਹੋਇਆ ਨਾ ਕਿਸੇ ਨੇ ਕੋਈ ਦੱਸਿਆ ਅਤੇ ਅਸੀਂ ਗਏ ਵੀ ਸੀ ਕੋਈ ਮਦਦ ਨਹੀਂ ਮਿਲੀ ਜੀ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਇਹ ਮੰਗ ਕਰਦੇ ਵੀ ਸਾਡੇ ਬੱਚੇ ਵੀ ਸੇਫ ਪੜ੍ਹਨ ਜੀ ਸਾਡਾ ਜਿਹੜੀ ਹਾਲਤ ਹੈਗੀ ਤਾਂ ਹੈ ਹੀ ਹੈ ਜੀ ਕੋਈ ਲੱਗਦਾ ਵੀ ਕੋਈ ਗੁਜ਼ਾਰਾ ਹੋਣ ਦਾ ਹੈਗਾ ਹੀਲਾ ਹੀਲਾ ਕੋਈ ਹੀਲਾ ਨਹੀਂ ਜੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਸਾਡੇ ਬੱਚੇ ਵੀ ਸਹੀ ਪੜ੍ਹਨ ਜੀ ਅੱਗੇ ਥਾਂ ਬਣ ਜੇ ਅਤੇ ਸਾਨੂੰ ਵੀ ਆਪਣਾ ਮਾੜਾ ਮੋਟਾ ਰੋਟੀ ਪਾਣੀ ਖਾਣ ਵਾਸਤੇ ਆਪਣਾ ਵਧੀਆ ਗੁਜ਼ਾਰਾ ਮਿਲ ਜੇ ਜਿਵੇਂ ਤੁਹਾਡੀ 100% ਨਿਗਾਹ ਗਈ ਹੋਈ ਹੈ ਕਿਵੇਂ ਬਾਹਰ ਅੰਦਰ ਕਿਵੇਂ ਜਾਂਦੇ ਫਿਰ ਤੁਸੀਂ ਬਸ ਇਸ ਤਰ੍ਹਾਂ ਆਪਣੇ ਘਰੇ ਆਪਣਾ ਬਹਿ ਜਾਂਦੇ ਹਾਂ ਕਈ ਵਾਰੀ ਆਪਣੇ ਪਿਛਲੇ ਪਾਸੇ ਥਾਂ ਆਏ ਖਾਧੀ ਥੋੜ੍ਹੀ ਜੀ ਉੱਥੇ ਰਾਤ ਨੂੰ ਜਾ ਜਾਂਦਾ ਹੈ ਬਾਹਰ ਅੰਦਰ ਪਿੰਡ 'ਚ ਜਾ ਨਹੀਂ ਸਕਦੇ ਤੁਸੀਂ ਕਿਤੇ ਵੀ ਨਹੀਂ ਜਾ ਸਕਦੇ ਪਰਿਵਾਰ ਦੀਆਂ ਔਰਤਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਜ਼ਿੰਦਗੀ ਬਣੀ ਸੋਹਣੀ ਚੱਲ ਰਹੀ ਸੀ ਪਰ ਕੁਦਰਤ ਦੀ ਮਾਰ ਐਸੀ ਪਈ ਕਿ ਅੱਜ ਕੁਛ ਵੀ ਨਹੀਂ ਰਿਹਾ ਘਰ ਦੇ ਹਾਲਾਤ ਇਸ ਕਦਰ ਮਾੜੇ ਨੇ ਕਿ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਪੈ ਰਿਹਾ ਜੀ ਦਿਖਦਾ ਨਹੀਂ ਹੈਗਾ ਜੀ
ਦਿਖਦਾ ਕੋ ਨਹੀਂ ਵੀ ਬੱਚੇ ਮੇਰੇ ਆਣੀ ਆ ਜੀ ਗਰਮਾ ਕੁਛ ਨਹੀਂ ਆਉਂਦਾ ਨਾ ਆਟਾ ਨਾ ਕਣਕ ਨਾ ਮਕਾਨ ਮੇਰੇ ਪੇਟ ਪਾਲ ਰਹੀ ਘਰ ਕਾ ਗੁਜ਼ਾਰਾ ਨਹੀਂ ਚਲਾ ਰਹੀ ਜੀ ਕੋਈ ਬਣਾ ਜ਼ਿਕਰ ਲਿਆ ਨਹੀਂ ਬਣਾ ਜੇ ਬੈਠੇ ਰਹਿੰਦੇ ਬੱਚੇ ਵੀ ਨਹੀਂ ਪਾਲਨੇ ਆ ਪਾਲਾ ਪਾਲਾ ਜੀ ਵੀ ਜੇ ਮਿਲਦਾ ਜੇ ਕਰ ਲਿਆ ਨਹੀਂ ਮਿਲਿਆ ਜੇ ਪੁੱਛੇ ਬਣਾ ਕਦੇ ਬਾਸੀ ਖਾ ਲਿਆ ਕਦੇ ਤਾਜ਼ੀ ਖਾ ਲਿਆ ਮਨਪ੍ਰੀਤ ਤੁਹਾਡੇ ਪਤੀ ਨੂੰ ਅੱਖਾਂ ਤੋਂ ਦਿਖਦਾ ਕਿਵੇਂ ਘਰ ਦਾ ਗੁਜ਼ਾਰਾ ਚੱਲ ਰਿਹਾ ਪਹਿਲਾਂ ਨਹੀਂ ਕੁਛ ਨਹੀਂ ਬਸ ਗੋਹਾ ਕੂੜਾ ਤਾਂ ਕਰਦੇ ਆ ਪੋਚੇ ਝੜ ਲੈਂਦੇ ਆ ਬਸ ਚੱਲੀ ਜਾਂਦਾ ਵੀ ਕਿੰਨੇ ਬੱਚੇ ਨੇ ਤੁਹਾਡੇ ਤਿੰਨ ਬੱਚੇ ਨੇ ਕਿੰਨੇ ਟਾਈਮ ਤੋਂ ਜਿਹੜੀ ਇਹ ਸਮੱਸਿਆ ਆਈ ਤੁਹਾਡੇ ਪਤੀ ਨੂੰ ਬਚਪਨ ਤੋਂ ਹੀ ਇਹਨਾਂ ਦੇ ਅੱਛਾ ਹਾਂਜੀ ਤੁਸੀਂ ਘਰ ਦਾ ਗੁਜ਼ਾਰਾ ਤੁਸੀਂ ਚਲਾ ਰਹੇ ਹੋ ਅਸੀਂ ਚਲਾ ਰਹੇ ਹਾਂ ਅਸੀਂ ਕੋਈ ਪਿੰਡ ਦੇ ਸਰਪੰਚ ਜਾਂ ਪੰਚਾਇਤ ਨਾ ਜੀ ਕੋਈ ਨਹੀਂ ਕਰ ਰਿਹਾ ਬਸ ਵੀ ਅੱਛਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਕਰ ਰਹੇ ਹਾਂ ਸਾਡਾ ਇਲਾ ਕਰ ਦਿਓ ਕੁਛ ਨਾ ਕੁਛ ਜਿਵੇਂ ਅੱਖਾਂ ਦੇ ਸੱਟ ਹੋ ਜਾਣ ਕੁਛ ਕਰ ਸਕਣ ਉੱਧਰ ਪਿੰਡ ਵਾਸੀਆਂ ਦਾ ਵੀ ਕਹਿਣਾ ਸੀ ਕਿ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਇਹਨਾਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਇਹਨਾਂ ਦੀ ਜ਼ਰੂਰ ਮਦਦ ਹੋਣੀ ਚਾਹੀਦੀ ਹੈ ਸਮੱਸਿਆ ਜੀ ਇੱਕ ਤਾਂ ਦੋਵੇਂ ਭਾਈਆਂ ਨੂੰ ਜੀ ਬਿਲਕੁਲ ਨਹੀਂ ਦਿਖਦਾ ਹੈਗਾ ਔਰ ਬੱਚੇ ਜਾਣੇ ਨੇ ਗਰੀਬੀ ਬਹੁਤ ਜ਼ਿਆਦਾ ਹੈ ਦਾਣੇ ਖਾਣ ਨੂੰ ਘਰ ਨਹੀਂ ਹੈਗੇ ਜੇ ਸ਼ਾਮ ਨੂੰ ਖਾ ਲੈਣ ਸੁਬਹੇ ਦੀ ਸੋਚ ਹੋ ਜਾਂਦੀ ਹੈ ਜੇ ਸੁਬਹਾ ਖਾ ਲੈਣ ਸ਼ਾਮ ਦੀ ਸੋਚ ਹੋ ਜਾਂਦੀ ਹੈ ਕੋਈ ਸਰਪੰਚ ਵੱਲੋਂ ਸਹਿਯੋਗ ਨਹੀਂ ਗੌਰਮੈਂਟ ਵੱਲੋਂ ਕੋਈ ਸਹਿਯੋਗ ਨਹੀਂ ਬਾਹਰ ਅੰਦਰ ਜੀ ਬਸ ਆਸਰੇ ਛੋਟੇ ਛੋਟੇ ਜਵਾਕ ਨੇ ਉਂਗਲ ਫੜ ਕੇ ਲੈ ਕੇ ਜਾਂਦੇ ਨੇ ਇਹਨਾਂ ਨੇ ਜਿਹੜੇ ਆ ਦੋਵੇਂ ਬ੍ਰਦਰ ਨੇ ਦੋਵੇਂ ਭਰਾ ਨੇ ਬਿਲਕੁਲ ਨਹੀਂ ਦਿਖਦਾ ਇਹਨਾਂ ਨੂੰ ਅੱਗੇ ਬੱਚਾ ਵੀ ਇੱਕ ਲਾਚਾਰ ਹੈ ਇਹਨਾਂ ਦਾ ਬਸ ਹੁਣ ਸੀਜ਼ਨ ਆਇਆ ਸੀ ਸਿੱਟਿਆਂ ਦਾ ਮਾੜਾ ਮੋਟਾ ਸਿੱਟੇ ਸੁੱਟੇ ਚੁੱਗੇ ਨੇ ਮੁੰਜੀਆਂ ਦੇ ਜਿਹੜੇ ਉਹਨਾਂ ਨਾਲ ਹੀ ਗੁਜ਼ਾਰਾ ਚੱਲਦਾ ਇਹਨਾਂ ਦਾ ਮੁਸ਼ਕਿਲ ਹੈ ਬੜਾ ਗੁਜ਼ਾਰਾ ਕਿਵੇਂ ਲੱਗਦਾ ਬਿਲਕੁਲ ਜੀ ਬਹੁਤ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਚੱਲ ਰਿਹਾ ਗੁਜ਼ਾਰਾ ਇਹਨਾਂ ਦਾ ਪਰਿਵਾਰ ਦਾ ਪੇਟ ਕਿਵੇਂ ਪਲ ਰਿਹਾ ਬਸ ਜੀ ਉਹ ਮਾਲਕ ਕੰਨੀ ਹੋਇਆ ਜੇ ਸਵੇਰੇ ਖਾ ਲੈਣ ਤਾਂ ਸ਼ਾਮ ਦੀ ਸੋਚ ਹੈ ਸ਼ਾਮ ਨੂੰ ਰੋਟੀ ਖਾ ਲੈਣ ਤਾਂ ਸਵੇਰੇ ਦੀ ਸੋਚ ਪੈ ਜਾਂਦੀ ਹੈ ਸਰਪੰਚ ਵੱਲੋਂ ਜਾਂ ਪੰਚਾਇਤ ਵੱਲੋਂ ਨਾ ਜੀ ਬਿਲਕੁਲ ਕੋਈ ਸਹਿਯੋਗ ਨਹੀਂ ਮਿਲਿਆ ਸਰਪੰਚ ਵੱਲੋਂ ਨਾ ਕੋਈ ਗੌਰਮੈਂਟ ਵੱਲੋਂ ਕੋਈ ਸਹਿਯੋਗ ਹੈ ਨਾ ਜੀ ਪੈਨਸ਼ਨ ਨਾਲ ਤਾਂ ਕੁਛ ਵੀ ਨਹੀਂ ਬਣਦਾ 700-800 ਰੁਪਏ ਪੈਨਸ਼ਨ ਹੈ ਕੁਛ ਨਹੀਂ ਬਣਦਾ ਪੈਨਸ਼ਨ ਨਾਲ ਦਾ ਦੂਜੇ ਭਰਾ ਦਾ ਗੁਜ਼ਾਰਾ ਕਿਵੇਂ ਚੱਲਦਾ ਉਹਦਾ ਵੀ ਐਵੇਂ ਇਹੀ ਹਾਲ ਹੈ ਜੀ ਕੋਰੋਨਾ ਮਹਾਮਾਰੀ ਕਰਕੇ ਅੱਜ ਹਰ ਕਿਸੇ ਦੇ ਹਾਲਾਤ ਖਰਾਬ ਹੋਏ ਪਏ ਨੇ ਪਰ ਅਸੀਂ ਅਪੀਲ ਕਰਾਂਗੇ ਉਹਨਾਂ ਲੋਕਾਂ ਨੂੰ ਜੇ ਕੋਈ ਇਹਨਾਂ ਵੀਰਾਂ ਦੀ ਮਦਦ ਕਰਨਾ ਚਾਹੇ ਤਾਂ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਵੀਰ ਆਪਣਾ ਇਲਾਜ ਕਰਾ ਸਕੇ